आ गया है। आए हाय आ गई। अच्छा तुसी हो? की है? दो मिनट सबर नहीं कर सकते? ओ दो मिनटा नू गाहां तू मैगी तरी होई सी। ए मेरे घर दी बैल है, कोई मंदिर दा घंटा नहीं जेड़ा बजाई जाने हो। जे इन्ने घंटे मैं मंदिर दे बजाए होंदे ना तां मेरी रब भी सुन लैंदा, पर तू नहीं सुनदी। मेरे ओथों लैके इत्थे आउण तक 75 बैलां मारतीआं तुसी, पता किन्नी बिजली फुकदी है? फिर तुसी मैनू की कहना है कि मेरे एसी चलान करके इन्ना बिल आउंदा है? ओए आपदे घरे आया, हुण बैल ही मारूंगा तेरे सामने, होर बीन बजाउण तों तां रिहा मैं। ਹੁਣੇ ਤਾਂ ਆਫਿਸ ਗਏ ਸੀ, ਆ ਵੀ ਗਏ। ਦਫ਼ਤਰ ਤੋਂ ਸਿੱਧਾ 에어ਪੋਰਟ ਗਿਆ, ਉੱਥੋਂ ਫਲਾਈਟ ਲਈ ਤੇ ਇੱਥੇ ਘਰੇ ਆ ਗਿਆ। ਹਾਏ ਰੱਬਾ, ਲੋਕਾਂ ਦੀਆਂ ਜਨਾਨੀਆਂ ਤੰਗ ਨੇ ਕਿ ਉਹਨਾਂ ਦੇ ਘਰ ਦੇ ਲੇਟ ਆਉਂਦੇ ਨੇ, ਤੇ ਪਹਿਲੀ ਹੈ ਜਿਹੜੀ ਬਿਲਕਣ ਲੱਗ ਜਾਂਦੀ ਹੈ ਜਦੋਂ ਮੈਂ ਸਨੇਹਾ ਆ ਜਾਣਾ। ਪਰ ਤੁਸੀਂ ਤਾਂ ਕਾਰ ਤੇ ਗਏ ਸੀ। ਤੇਰੇ ਨਾਲ ਗੱਲ ਕਰਨ ਦਾ ਮਤਲਬ ਹੈ ਆਲੀਆ ਨੂੰ ਜਨਰਲ ਨੌਲੇਜ ਪੜਾਉਣਾ। ਹਾਏ ਸੁੱਖ, ਮੈਂ ਤੁਹਾਡੀ ਸੈਲਰੀ ਕੀ ਦੱਬਣ ਲੱਗੀ, ਤੁਸੀਂ ਮੈਨੂੰ ਦੱਸੇ ਬਿਨਾਂ ਟਿਊਸ਼ਨਾਂ ਪੜਾਉਣੀਆਂ ਸ਼ੁਰੂ ਕਰਤੀਆਂ। ਓ ਯਾਰ ਕਿੰਨੇ ਸਵਾਲ ਪੁੱਛੇਗੀ, 13 ਸਵਾਲਾਂ ਤੋਂ ਬਾਅਦ ਤਾਂ ਬੱਚਨ ਸਾਹਿਬ ਵੀ ਪੁੱਛਣਾ ਬੰਦ ਕਰ ਦਿੰਦੇ ਆ। ਅਮਿਤਾਭ ਬੱਚਨ ਸਾਹਿਬ ਜੀ ਵੀ ਨਾ 13ਵਾਂ ਸਵਾਲ ਉਦੋਂ ਪੁੱਛਦੇ ਨੇ ਜਦੋਂ ਬੰਦਾ 12 ਸਵਾਲਾਂ ਦਾ ਜਵਾਬ ਸਹੀ ਸਹੀ ਦੇ ਦਿੰਦਾ। ਤੁਸੀਂ ਤਾਂ ਪਹਿਲੇ ਸਵਾਲ 'ਚ ਹੀ ਆਊਟ ਹੋ ਜਾਣਾ। ਉਹ ਜਿਹਦੇ ਕੋਲ ਤੇਰੇ ਵਰਗੀ ਲਾਈਫਲਾਈਨ ਹੋਵੇ ਨਾ, ਬੰਦਾ ਆਊਟ ਨਹੀਂ ਡੈੱਡ ਹੋ ਜਾਂਦਾ। ਕੀ ਕਿਹਾ? ਮੇਰੇ ਕਹਿਣ ਦਾ ਮਤਲਬ ਹੈ ਸਵਾਲ ਜਵਾਬ ਬੰਦ ਕਰ, ਤੇ ਜਦੋਂ ਕੋਈ ਘਰੇ ਆਇਆ ਹੋਵੇ ਨਾ ਉਹਨੂੰ ਚਾਹ ਕਾਫੀ ਪੁੱਛਦੀ ਹੁੰਦੀ ਹੈ। ਚਲੋ ਹੁਣ ਕੋਈ ਸਵਾਲ ਨਹੀਂ ਪੁੱਛਦੀ, ਆ ਦੱਸੋ ਕੀ ਪੀਓਗੇ, ਚਾਹ ਕਿ ਕਾਫੀ? ਮੈਂ ਕਾਫੀ ਪੀਊਂਗਾ। ਕਾਫੀ 'ਚ ਟਾਈਮ ਲੱਗੂਗਾ, ਮੈਂ ਚਾਹ ਚੜਾਈ ਹੋਈ ਹੈ। दारू चढ़ाते तो बड़े लोग देखे सी, तू पहली है जिन्हें चाह चढ़ा रखी है। मेरा मतलब चाह तैयार है, चाह पीनी है तो दसो ना। जे चाह ही पियोनी सी फिर कॉफी क्यों पूछी सी? तुसी आप ही तो कहा सी जदों कोई घरे आंदा चाह कॉफी पूछी दी है, उही तो पूछ रही है। मेरा कॉफी पीने दा मन है। आ मेरा घर है, कॉफी विद करण शो नहीं, नाले मैं ही है जेड़ी तुहानू चाह पूछी जानी है। मेरे तो बगैर किसी ने पानी भी नहीं पूछना तुहानू। तू आपदी चाह रख आपदे कोल, नहीं घर दे चूहियां नू पिया दे, घट्टो घट चूहे मारन वाली दवाई दा खर्चा तो बच जू। हाय सुख, ਵਿਆਹ ਤੋਂ ਪਹਿਲੇ ਮੇਰੇ ਹੱਥ ਦਾ ਪਾਣੀ ਵੀ ਤੁਹਾਨੂੰ ਸ਼ਹਿਦ ਵਰਗਾ ਲੱਗਦਾ ਸੀ, ਹੁਣ ਮੇਰੇ ਹੱਥ ਦੀ ਬਣਾਈ ਚਾਹ ਤੁਹਾਨੂੰ ਜ਼ਹਿਰ ਲੱਗਦੀ ਹੈ। ਉਹ ਜ਼ਹਿਰ ਤੋਂ ਬੰਦਾ ਫੇਰ ਵੀ ਬਚ ਜਾਂਦਾ, ਤੇਰੀ ਕਾਫੀ ਤੋਂ ਨਹੀਂ ਬਚ ਸਕਦਾ। ਆ ਇਹਨੂੰ ਖੋਲ ਆਉਦੀ ਮਾਂ ਦੇ ਜਿੰਦੇ ਨੂੰ। ਧਿਆਨ ਨਾਲ ਵੇਖੋ, ਖੁੱਲਾ ਹੀ ਪਿਆ, ਐਵੇਂ ਅੜਾ ਕੇ ਰੱਖਿਆ ਸੀ ਮੈਂ। ਤੂੰ ਨਾ ਉੱਠੀ ਇੱਥੋਂ, ਜਿੱਦਣ ਤੂੰ ਮਰ ਗਈ ਨਾ ਤੇਰੀ ਸਮਾਧੀ ਮੈਂ ਇਸੇ ਪੌੜੀ ਤੇ ਬਣਾਉਂਗਾ। ਮੇਰੀ ਸਮਾਧੀ ਬਣਾਉਂਦੇ ਬਣਾਉਂਦੇ ਨਾ ਆਪਦੀ ਕਬਰ ਨਾ ਪਟਾ ਲਿਓ ਕਿਤੇ।